ਸਤਿ ਸ਼੍ਰੀ ਅਕਾਲ ਜੀ। ਇਨਫਲੂਐਂਸਰ ਅਮਰਤਾਬ ਨੂੰ ਤੁਸੀਂ ਸਾਰੇ ਜਾਣਦੇ ਹੋਵੋਗੇ, ਜਿਹਦੀ ਕਿ ਕੁਝ ਦਿਨ ਪਹਿਲਾਂ ਇੱਕ ਇੰਟਰਵਿਊ ਆਈ ਸੀ ਜਿਹਦੇ ਵਿੱਚ ਕਿ ਉਹਨੇ ਬਾਕਰਪੁਰ ਦੇ ਸਾਈਂ ਸੁਰਿੰਦਰ ਸ਼ਾਹ ਜੀ ਬਾਰੇ ਬਹੁਤ ਕੁਝ ਗਲਤ ਬੋਲਿਆ ਸੀ ਕਿ ਬਖੰਡੀ ਸਾਧੂ ਨੇ ਇਹਨਾਂ ਦੇ ਪਿੱਛੇ ਨਾ ਲੱਗੋ। ਲੋਕਾਂ ਨੇ ਇੰਟਰਵਿਊ ਦੇਖਣ ਤੋਂ ਬਾਅਦ ਅਮਰਤਾਬ ਨੂੰ ਬਹੁਤ ਕੁਝ ਗਲਤ ਬੋਲਿਆ ਕਿ ਤੁਸੀਂ ਪਹਿਲਾਂ ਖੁਦ ਜਾਣਦੇ ਹੋ ਉੱਥੇ ਤੇ ਫਿਰ ਖੁਦ ਹੀ ਮਾੜਾ ਬੋਲਦੇ ਹੋ, ਅਤੇ ਲੋਕਾਂ ਨੇ ਇਹ ਵੀ ਕਿਹਾ ਕਿ ਤੈਨੂੰ ਇੰਟਰਵਿਊ ਵਿੱਚ ਕਿਸੇ ਨੂੰ ਗਲਤ ਨਹੀਂ ਸੀ ਬੋਲਣਾ ਚਾਹੀਦਾ। ਸੋ ਉੱਥੇ ਤੁਹਾਨੂੰ ਦੱਸ ਦੇ ਕਿ ਅਮਰਤਾਬ ਨਾਲ ਜੁੜੀ ਇੱਕ ਬਹੁਤ ਹੀ ਹੈਰਾਨੀਜਨਕ ਗੱਲ ਸਾਹਮਣੇ ਆ ਰਹੀ ਹੈ। ਅਮਰਤਾਬ ਨੇ ਕੁਝ ਪੋਸਟਾਂ ਸ਼ੇਅਰ ਕੀਤੀਆਂ ਹੈ ਜਿਹਦੇ ਵਿੱਚ ਉਹਨੇ ਲਿਖਿਆ ਕਿ ਮੈਂ ਸੁਸਾਈਡ ਕਰਨ ਜਾ ਰਹੀ ਹਾਂ, ਜੋ ਸਕਰੀਨਸ਼ਾਟ ਤੁਸੀਂ ਆਪਣੀ ਸਕਰੀਨ ਉੱਤੇ ਦੇਖ ਸਕਦੇ ਹੋ। ਅਮਰਤਾਬ ਨੇ ਲਿਖਿਆ ਕਿ ਮੈਂ ਆਪਣੀ ਜਾਨ ਦੇਣ ਜਾ ਰਹੀ ਹਾਂ, ਮੈਨੂੰ ਜਿੰਨਾ ਤੰਗ ਕਰਨਾ ਸੀ ਸਭ ਨੇ ਮਿਲ ਕੇ ਕਰ ਲਿਆ। ਇਸ ਤੋਂ ਬਾਅਦ ਅਮਰਤਾਬ ਨੇ ਲਿਖਿਆ ਕਿ ਮੈਨੂੰ ਬਹੁਤ ਤੰਗ ਕੀਤਾ ਜਾ ਰਿਹਾ ਪੇਜਾਂ ਵਾਲਿਆਂ ਵੱਲੋਂ। ਲੈਟਰ ਵਿੱਚ ਸਾਰੇ ਦੇ ਨਾਮ ਲਿਖ ਦਿੱਤੇ ਨੇ ਜੋ ਕਿ ਤੁਹਾਨੂੰ ਮਿਲ ਜਾਣਗੇ। ਲਾਸਟ ਤੇ ਉਹਨੇ ਲਿਖਿਆ ਕਿ ਥੈਂਕਸ ਮੇਰੀ ਜਾਨ ਨੂੰ ਖਤਮ ਕਰਨ ਲਈ। ਇਸ ਤੋਂ ਕੁਝ ਟਾਈਮ ਬਾਅਦ ਹੀ ਅਮਰਤਾਬ ਨੇ ਇਹ ਪੋਸਟਾਂ ਡਿਲੀਟ ਕਰ ਦਿੱਤੀਆਂ। ਬਾਕੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸਿਓ। ਬਣੇ ਰਹੋ ਸਾਡੇ ਚੈਨਲ ਦੇ ਨਾਲ। ਧੰਨਵਾਦ।